ਤੇ ਮੇਰੇ ਭਾਈ ਹੋਣੇ ਮੇਰੇ ਮਲੇਰ ਹੋਣੇ ਈਦ ਨਮਾਜ਼ ਪੜ੍ਹਨ ਗਏ ਦਿਨ ਆਪਣੇ ਘਰ ਵਾਲੀ ਮਸਜਿਦ 'ਚ ਤਾਂ ਉਹ ਹੁਣ ਨਮਾਜ਼ ਪੜ੍ਹਦੇ ਆਸਨ ਵਾਲਾ ਮਤਲਬ ਇੱਥੇ ਸੋਨਾ ਦਾ ਵੀ ਅਤੇ ਦੋਸਤੋ ਅੱਜ ਈਦ ਦਾ ਮੌਕਾ ਵੇ ਅੱਜ ਖੁਸ਼ੀਆਂ ਦੇ ਤਿਉਹਾਰ ਵੇ ਹਰ ਬੰਦਾ ਖੁਸ਼ ਹੋ ਸਕਦਾ ਸਿੱਧਾ ਅਸੀਂ ਵੀ ਮਾਸ਼ਾਅੱਲਾ ਖੁਸ਼ ਹੋ ਸਕਦੇ ਇਨਸ਼ਾਅੱਲਾ ਖੁਸ਼ ਰਹੋ ਠੀਕ ਨਾ ਦੋਸਤੋ ਅਤੇ ਇਵੇਂ ਜਿਹੜੇ ਮੇਰੇ ਮਲੇਰ ਅਤੇ ਮੇਰੇ ਭਾਈ ਹੋਣੇ ਆਸਨ ਦਲੇ ਮੈਂ ਤਾਂ ਕਹਿੰਦਾ ਨਿਕਲੇ ਸਾਂ ਉਹ ਈਦ ਨਮਾਜ਼ ਦੇ ਪੜ੍ਹਦੇ ਆਉਂਦੇ ਪਏ ਹੋਸਨ ਦੋਸਤੋ ਫਸਲ ਬਿਲਕੁਲ ਨਾਲੇ ਦੇਖੋ ਦੋਸਤੋ ਇਹ ਫਸਲ ਕੱਪਿਆ ਪਏ ਇਹ ਮੈਂ ਸਮਝੋ ਦੋ ਜਿਹੜੇ ਬਾਅਦ ਇੱਕ ਇਕੱਠੀ ਕਰ ਦਿੱਤੇ ਸਾਰੀ ਤਾਂ ਲੱਗ ਗਏ ਸੀ ਦੋਸਤੋ ਇਸ ਗੱਲ ਕੱਟਿਆ ਤਾਂ ਕਿ ਕਿਉਂਕਿ ਭੂ ਕਛਿਆ ਗਿਆ ਨਹੀਂ ਭੂ ਵਾਲਾ ਈਦ ਇਹੀ ਈਦ ਦੀ ਵਜ੍ਹਾ ਕੋਲੋਂ ਕਣਕੀ ਤੁਹਾਡੇ ਖਾੜ ਗਏ ਨਹੀਂ ਤਾਂ ਅਗਰ ਈਦ ਨਾ ਹੁੰਦੀ ਤਾਂ ਇਹ ਫਸਲ ਲੱਭੇਗਾ ਨਾ ਤਾਂ ਵੈਸੇ ਤਾਂ 20,000 ਦਾ ਫਸਲ ਹੁੰਦਾ ਅੱਜ ਦੇ ਦੌਰ ਦੇ ਜਦੀਦੀ ਮਸ਼ੀਨਾਂ ਦੌਰ ਆ ਗਏ ਨਾ ਸਿਰਫ 20,000 ਦਾ ਫਸਲ ਹੁੰਦੇ ਵੇ ਅਤੇ ਦੋਸਤੋ ਮਿਲਦੇ ਹਾਂ ਵੱਲ ਥੋੜ੍ਹੀ ਜਿਹੀ ਸਕਿਪ ਕਰੇ ਦੋਸਤ ਵੀਡੀਓ ਜਿਵੇਂ ਆਉਂਦੇ ਮੈਂ ਤੁਹਾਨੂੰ ਬੋਲਾ ਲਿਖ ਲੈਣਾ ਦੇਖੋ ਮਾਸ਼ਾਅੱਲਾ ਦੋਸਤੋ ਹੁਣ ਸਾਰੀ ਬਸਤੀ ਵਾਲੀ ਵੀ ਈਦ ਨਮਾਜ਼ ਪੜ੍ਹਦੇ ਆਉਂਦੇ ਪਿੰਦਰੇ ਮੇਰੇ ਘਰ ਦੇ ਨਾਲ ਸਾਰੀ ਮਸਜਿਦ ਹੈ ਨਾ ਦਰ ਟੂਡੇ ਮਾਸ਼ਾਅੱਲਾ ਹੁਣ ਨਮਾਜ਼ ਈਦ ਨਮਾਜ਼ ਪੜ੍ਹਦੇ ਦੇਖੋ ਹੁਣ ਆਉਂਦੇ ਪੈਣ ਹਰ ਕੇ ਆਪਣੇ ਆਪਣੇ ਘਰ ਵੇਂਦੇ ਪੈਣ ਈਦ ਨਮਾਜ਼ ਪੜ੍ਹਦੇ ਅਤੇ ਦੋਸਤੋ ਇਵੇਂ ਹੁਣ ਸਾਰੇ ਆਉਂਦੇ ਪੈਣ ਹੁਣ ਮੈਂ ਇੱਥੋਂ ਖੜ੍ਹ ਅਤੇ ਦੇ ਦੇਖਣਾ ਕਿ ਸਾਰੇ ਆਉਂਦੇ ਪੈਣ ਮੇਰੇ ਕੋਈ ਮੇਰੇ ਨੂੰ ਪੁੱਛਣ ਕਿੱਥੋਂ ਪੜ੍ਹਦੇ ਆ ਗਏ ਈਦ ਨਮਾਜ਼ ਇਤਨੀ ਵਕਤ ਹੈ ਅਖਰੀ ਵਾਰ ਮੈਂ ਉਹਨੇ ਆਪਣੇ ਦੇ ਸਾਂ ਦੋਸਤੋ ਮਾਸ਼ਾਅੱਲਾ ਦੇਖ ਹੁਣ ਸਾਰੀ ਬਸਤੀ ਵਾਲੇ ਵੀ ਬੰਦੇ ਆ ਗਏ ਮਾਸ਼ਾਅੱਲਾ ਦੋਸਤੋ ਇੱਕ ਵੀ ਨਵੀਂ ਗੱਲ ਸਾਂ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਇੱਧਰ ਸਾਰੇ ਬਸਤੀ ਵਾਲੇ ਮਿਲ ਕੇ ਦੋਸਤ ਵੀਰਾ ਸਾਰੇ ਈਦ ਮੁਬਾਰਕ ਪਹਿਲਾਂ ਵੇਖੋ ਰੋਜ਼ੇ ਦਾ ਮੁਬਾਰਕ ਪਿੱਛੇ ਕਿਤੇ ਵੱਲ ਤੱਲੇ ਸਟੂਲ ਲਾਉਣਾ ਪਵੇ ਉਹ ਟਿਕਟੋਕ ਤੇ ਫੇਰਨੇ ਵੀਡੀਓ ਬਣਾਵਾਂ ਡੋ ਮਾਸ਼ਾਅੱਲਾ ਦੋਸਤੋ ਇੱਕ ਅਜੀਬ ਤਰ੍ਹਾਂ ਦੇ ਦੇਖੋ ਖੁਸ਼ੀ ਮਹਿਸੂਸ ਕੰਮ ਲੋਕ ਰਹਿਣਾ ਇਹ ਖੁਸ਼ੀ ਮਹਿਸੂਸ ਕਰੇ ਦੋਸਤੋ ਸਾਰੇ ਬਸਤੀ ਵਾਲੇ ਦੋਸਤ ਗਿਰਾਏ ਸੀ ਜਿਹੜੇ ਛੋਟੇ ਲਾਦੇ ਛੋਟੇ ਲਾ ਖੇਡ ਗਿਆ ਸੀ ਹੁਣ ਦਾ ਪ੍ਰਦੇਸ਼ ਵਿਦਨ ਯੱਕੇ ਦੇ ਈਦ ਦੇ ਮੌਕੇ ਦੇ ਕੱਟੇ ਚੱਲੇ ਮਾਸ਼ਾਅੱਲਾ ਸਾਰੀ ਬਸਤੀ ਦਾ ਇੱਕ ਅਹਿਮ ਅਹਿਮ ਬੰਦਾ ਹੈ ਦੋਸਤ ਇੱਧਰ ਲੱਗੇ ਹੋਏ ਅਤੇ ਮਾਸ਼ਾਅੱਲਾ ਦੋਸਤੋ ਇਤਨਾ ਅਜੀਬ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇਰੇ ਬਾਲ ਪੈਦਾ ਤੈਨੂੰ ਹੋਰ ਟਾਈਮ ਮਿਲਦੀ ਹੈ ਅਤੇ ਦੋਸਤੋ ਹੁਣ ਇਵੇਂ ਹੀ ਕਿ ਆ ਗਿਆ ਮੈਂ ਵਾਪਸ ਆਪਣੇ ਘਰ ਦੋਸਤੋ ਦੇਖ ਗਿੱਦੇ ਮਾਸ਼ਾਅੱਲਾ ਕਿਤਨਾ ਸਕੂਨ ਮਿਲੇ ਕਿ ਸਾਰੇ ਭਰਾ ਮਿਲ ਕੇ ਸਾ ਕੋਈ ਬਰਖਾ ਦੀ ਤੇਰੇ ਅਤੇ ਦੋਸਤੋ ਹੁਣ ਮੈਂ ਮਿਲਦੂ ਸੇ ਮਿਲਦੇ ਸੇ ਨਵੀਂ ਵੀਡੀਓ ਵਿੱਚ ਅੱਲਾਹ ਹਾਫਿਜ਼ ਦੁਆਵਾਂ ਵਿੱਚ ਯਾਦ ਰੱਖੀਏ ਖੁਦਾ ਹਾਫਿਜ਼।